ਆਉਣ ਵਾਲਾ ਸਮਾਂ ਜੇ ਖੁਸ਼ਹਾਲ ਚਾਹੁੰਦੇ ਵੇਖਣਾ ਬਾਕੀ ਤਾਂ ਤੁਸੀਂ ਸਿਆਣੇ ਹੋ ਬਾਕੀ ਤਾਂ ਤੁਸੀਂ ਸਿਆਣੇ ਹੋ ਮੈਂ ਪੂਰਾ ਆਪਣਾ ਫਰਜ਼ ਕਰਾਂ ਦੋ ਦੋ ਹੱਥਾਂ ਵਾਲੇ ਹੋ ਇੱਕ ਬੂਟੇ ਦੀ ਅਰਜ਼ ਕਰਾਂ ਦੋ ਦੋ ਹੱਥਾਂ ਵਾਲੇ ਹੋ ਇੱਕ ਬੂਟੇ ਦੀ ਅਰਜ਼ ਕਰਾਂ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਇੱਕ ਪਾਸੇ ਜਿੱਥੇ ਆਪਣੇ ਸਧਾਰਨ ਲਾਈਫ ਸਟਾਈਲ ਲਈ ਜਾਣੇ ਜਾਂਦੇ ਹਨ ਉੱਥੇ ਹੀ ਰੇਸ਼ਮ ਸਿੰਘ ਕੁਦਰਤ ਪ੍ਰਤੀ ਵੀ ਕਾਫੀ ਵਫਾਦਾਰ ਹਨ ਜਿਸ ਦੀ ਮਿਸਾਲ ਹਾਲ ਹੀ 'ਚ ਉਦੋਂ ਦੇਖਣ ਨੂੰ ਮਿਲੀ ਜਦੋਂ ਰੇਸ਼ਮ ਸਿੰਘ ਅਨਮੋਲ ਨੇ ਇਹ ਫੈਸਲਾ ਲਿਆ ਕਿ ਕਰੀਬਨ ਅੱਧੇ ਕਿੱਲੇ 'ਚ ਉਹ ਰਵਾਇਤੀ ਬੂਟੇ ਲਾਉਣਗੇ ਇਸ ਮੌਕੇ ਉਹਨਾਂ ਨਾਲ ਲੱਖਾ ਸਿਧਾਣਾ ਵੀ ਮੌਜੂਦ ਸੀ ਦੱਸ ਦਈਏ ਕਿ ਇਸ ਖਾਸ ਮੌਕੇ ਰੇਸ਼ਮ ਸਿੰਘ ਅਨਮੋਲ ਨੇ ਕਨਵਰ ਗਰੇਵਾਲ ਦਾ ਗੀਤ ਵੀ ਗਾਇਆ ਅਤੇ ਹਰ ਇੱਕ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਸਲਾਹ ਵੀ ਦਿੱਤੀ ਕਲਾਕਾਰਾਂ ਵੱਲੋਂ ਕੀਤੇ ਜਾ ਰਹੇ ਉਸ ਉਪਰਾਲੇ ਬਾਰੇ ਤੁਹਾਡੀ ਕੀ ਹੈ ਰਾਏ ਕਮੈਂਟ ਕਰ ਜ਼ਰੂਰ ਦੱਸੋ ਬਾਲੀਵੁੱਡ ਤੜਕਾ ਪੰਜਾਬੀ ਡੈਕਸ ਤੋਂ ਵਿਕਰਾਂਤ ਦੀ ਰਿਪੋਰਟ ਹਾਂਜੀ ਬਾਈ ਜੀ ਅੱਜ ਪਹੁੰਚੇ ਸੀ ਬਾਈ ਰੇਸ਼ਮ ਦੇ ਪਿੰਡ ਹਾਂ ਬਾਈ ਹਾਂਜੀ ਅਸੀਂ ਪਹੁੰਚੇ ਹਾਂ ਬਾਈ ਰੇਸ਼ਮ ਅਨਮੋਲ ਕੋਲੇ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਬਾਈ ਦਾ ਪਿੰਡ ਪੈ ਜਾਂਦਾ ਜਮਾਂ ਐ ਪੰਜਾਬ ਤੇ ਹਰਿਆਣੇ ਦੀ ਹੱਦ ਦੇ ਉੱਤੇ ਤੇ ਬੂਟੇ ਲਾਉਣ ਦੀ ਮੁਹਿੰਮ ਜਿਹੜੀ ਲਗਾਤਾਰ ਆਪਾਂ ਕਈ ਸਾਲਾਂ ਤੋਂ ਚਲਾਈ ਹੋਈ ਆ ਤੇ ਬਾਈ ਨੇ ਹੀ ਪਹਿਲਾਂ ਦੱਸਿਆ ਬਾਈ ਦੇ ਵੱਡਾ ਭਰਾ ਖੜਾ ਇਹ ਕਹਿੰਦੇ ਬਾਈ ਅਸੀਂ ਸਾਡੇ ਵੀ ਪਹਿਲਾਂ ਇੱਥੇ ਲੱਗਿਆ ਹੋਇਆ ਸੀਗਾ ਬਾਗ ਲੱਗਿਆ ਹੋਇਆ ਸੀਗਾ ਫਿਰ ਉਸ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਤੇ ਅੱਧਾ ਕਿੱਲਾ ਬਾਈਆਂ ਨੇ ਜਿਹੜਾ ਇੱਥੇ ਜਗ੍ਹਾ ਛੱਡੀ ਆ ਆਪਣੀ ਅੱਧੇ ਕਿੱਲੇ ਦੇ ਵਿੱਚ ਅਸੀਂ ਜਿਹੜੇ ਰੁੱਖ ਨੇ ਉਹ ਲਾਉਣੇ ਆ ਫਲਦਾਰ ਵੀ ਫੁੱਲਾਂ ਵਾਲੇ ਵੀ ਤੇ ਜਿਹੜੇ ਆਪਣੇ ਰਵਾਇਤੀ ਰੁੱਖ ਨੇ ਜਿਨ੍ਹਾਂ ਦੇ ਵਿੱਚ ਆਪਣੇ ਪੰਛੀ ਰਣ ਬਸੇਰਾ ਕਰਦੇ ਆ ਕੋਈ ਆਲਣਾ ਪਾਉਂਦਾ ਉਹ ਹਰ ਪ੍ਰਕਾਰ ਦਾ ਰੁੱਖ ਬਾਈਆਂ ਨੇ ਅੱਧਾ ਕਿੱਲਾ ਇੱਥੇ ਲਾਉਣਾ ਤੇ ਲੇਟ ਤਾਂ ਹੋ ਗਏ ਕਿਉਂਕਿ ਰੁਝੇਵੇਂ ਬਹੁਤ ਹੈ ਪਿੱਛੋਂ ਹੌਲੀ ਹੌਲੀ ਲੇਟ ਹੁੰਦੇ 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 ਹੋ ਗਏ ਸੋ ਇਸ ਕਰਕੇ ਬਾਈ ਕੋਲੇ ਪਹੁੰਚੇ ਹਾਂ ਤੇ ਮੈਂ ਚਾਹੁੰਦਾ ਕਿ ਕੁਛ ਅੱਜ ਵੈਸੇ ਗੱਲਾਂ ਬਾਤਾਂ ਆਪਾਂ ਕਰਦੇ ਰਹਿੰਦੇ ਹਾਂ ਕੁਛ ਅੱਜ ਗੀਤ ਸੰਗੀਤ ਹੋ ਜਾਏ ਕਿਉਂਕਿ ਕਲਾਕਾਰ ਕੋਲੇ ਖੜੇ ਹਾਂ ਤੇ ਗੀਤ ਵੀ ਰੁੱਖਾਂ ਨਾਲ ਸੰਬੰਧਿਤ ਕੁਦਰਤ ਨਾਲ ਸੰਬੰਧਿਤ ਮੈਂ ਬਾਈ ਰੇਸ਼ਮ ਨੂੰ ਅਨਮੋਲ ਨੂੰ ਆਉਂਦੇ ਹੋਏ ਗੱਲ ਕਹੀ ਸੀ ਕਿ ਬਾਈ ਕੁਛ ਗੀਤ ਸੰਗੀਤ ਅੱਜ ਤੁਹਾਡੇ ਕੋਲ ਸੁਣ ਕੇ ਜਾਣਾ ਰੁੱਖਾਂ ਨਾਲ ਸੰਬੰਧਿਤ ਹੋਵੇ ਤਾਂ ਮੈਂ ਬਾਈ ਰੇਸ਼ਮ ਨੂੰ ਕਹਿਣਾ ਚਾਹੁੰਦਾ ਕਿ ਬਾਈ ਕੋਈ ਰੁੱਖਾਂ ਨਾਲ ਸੰਬੰਧਿਤ ਗੀਤ ਕੋਈ ਜ਼ਰੂਰ ਸੁਣਾਓ ਬਿਲਕੁਲ ਗੀਤ ਵੀ ਸੁਣਾਉਂਦੇ ਹਾਂ ਜੀ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਲੱਖੇ ਬਾਈ ਦਾ ਜਗਦੀਪ ਬਾਈ ਖੜਾ ਔਰ ਸਾਰੀ ਟੀਮ ਅੱਜ ਪਹੁੰਚੀ ਹੈ ਇੱਥੇ ਅੱਜ ਤੋਂ ਨਹੀਂ ਕਿਸਾਨੀ ਅੰਦੋਲਨ ਤੋਂ ਲੈ ਕੇ ਜਿੰਨਾ ਵੱਡਾ ਤੁਹਾਡਾ ਯੋਗਦਾਨ ਰਿਹਾ ਉਹਦੇ ਲਈ ਤੁਹਾਡਾ ਧੰਨਵਾਦ ਹੈ ਇੱਥੇ ਆਉਣ ਲਈ ਵੀ ਸਜਦਾ ਕਰਦੇ ਹਾਂ ਤੁਹਾਡੀ ਸੋਚ ਨੂੰ ਔਰ ਜਿਹੜੀ ਇੱਕ ਜਾਗ੍ਰਿਤੀ ਪੈਦਾ ਹੋਈ ਹੈ ਪੂਰੇ ਸਮਾਜ ਦੇ ਵਿੱਚ ਉਹਦੇ ਲਈ ਤੁਸੀਂ ਡੇਲੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਤੁਸੀਂ ਮੋਟੀਵੇਟ ਕਰ ਰਹੇ ਹੋ ਔਰ ਜਿੱਦਾਂ ਕਿ ਸਿੱਧੂ ਬਾਈ ਦੀ ਮਾਤਾ ਜੀ ਨੇ ਵੀ ਭੋਗ 'ਤੇ ਕਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਜੇ ਉਹਨੂੰ ਪਿਆਰ ਕਰਦੇ ਹੋ ਰੁੱਖ ਲਾਉਣਾ ਚਾਹੀਦਾ ਤਾਂ ਮੈਂ ਬੜਾ ਇੰਸਪਾਇਰਡ ਹੋਇਆ ਉਹਦੇ ਤੋਂ ਤੁਹਾਡੇ ਤੋਂ ਕਾਫੀ ਮੋਟੀਵੇਸ਼ਨ ਮਿਲੀ ਹੈ ਸਿੱਧੂ ਜੀ ਮਾਤਾ ਜੀ ਤੋਂ ਅਤੇ ਗਾਣਾ ਮੈਂ ਇੱਕ ਚਾਹਾਂਗਾ ਜਿਹੜਾ ਆਪਾਂ ਉਹ ਵੀ ਸੁਣਾਵਾਂਗੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਅਤੇ ਰੁੱਖਾਂ ਦੀ ਗੱਲ ਹੈ ਬਾਈ ਕਨਵਰ ਦਾ ਗਾਣਾ ਆਇਆ ਸੀਗਾ ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਚੰਗੇ ਗਾਣਿਆਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਕੋਈ ਕਲਾਕਾਰ ਗਾਣਾ ਕੱਢਦਾ ਆਪਾਂ ਮਾੜੀਆਂ ਚੀਜ਼ਾਂ ਲੱਤਾਂ ਖਿੱਚਣ ਨੂੰ ਇੱਕਦਮ ਮੂਹਰੇ ਹੋ ਜਾਂਦੇ ਹਾਂ ਜਦੋਂ ਕੋਈ ਚੰਗੇ ਕੰਮ ਕਰਦਾ ਉਹਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਗਾਣਾ ਬਾਈ ਦਾ ਕਨਵਰ ਦਾ ਬੂਟਿਆਂ ਵਾਲਾ ਮੈਂ ਉਹ ਗਾਣ ਲੱਗਿਆ ਤਾਂ ਉਸ ਤੋਂ ਬਾਅਦ ਆਪਾਂ ਕਿਸਾਨੀ ਵਾਲਾ ਗਾਣਾ ਗਾਵਾਂਗੇ ਆਉਣ ਵਾਲਾ ਸਮਾਂ ਖੁਸ਼ਹਾਲ ਚਾਹੁੰਦੇ ਵੇਖਣਾ ਕੁਝ ਟਾਈਮ ਲਈ ਜੇ ਹੋਰ ਚਾਹੁੰਦੇ ਵੇਖਣਾ ਆਉਣ ਵਾਲਾ ਸਮਾਂ ਜੇ ਖੁਸ਼ਹਾਲ ਚਾਹੁੰਦੇ ਵੇਖਣਾ ਬਾਕੀ ਤਾਂ ਤੁਸੀਂ ਸਿਆਣੇ ਹੋ ਬਾਕੀ ਤਾਂ ਤੁਸੀਂ ਸਿਆਣੇ ਹੋ ਮੈਂ ਪੂਰਾ ਆਪਣਾ ਫਰਜ਼ ਕਰਾਂ ਦੋ ਦੋ ਹੱਥਾਂ ਵਾਲੇ ਹੋ
ਇੱਕ ਬੂਟੇ ਦੀ ਅਰਜ ਕਰਾਂ ਦੋ ਦੋ ਹੱਥਾਂ ਵਾਲੇ ਓ ਇੱਕ ਬੂਟੇ ਦੀ ਅਰਜ ਕਰਾਂ ਗਾਣਾ ਇੱਕ ਅਨਵਰ ਬਾਈ ਦਾ ਆਇਆ ਸੀਗਾ ਸਾਡੇ ਸਾਰਿਆਂ ਦੇ ਜਿਨ੍ਹਾਂ ਦੇ ਵੀ ਦੋ ਦੋ ਹੱਥ ਬਾਈ ਕਨਵਰ ਨੇ ਗਾਣਾ ਗਾਇਆ ਹਨਾ ਤੁਸੀਂ ਬੋਲ ਸੁਣਾਏ ਆ ਬਾਈ ਕਹਿੰਦਾ ਵੀ ਦੋ ਦੋ ਹੱਥਾਂ ਇੱਕ ਬੂਟੇ ਦੀ ਅਰਜ ਕਰਾਂ ਇੱਕ ਬੂਟਾ ਬਾਹਲਾ ਥੋੜਾ ਮੈਂ ਉਹੀ ਗੱਲ ਕਹਿਣ ਲੱਗਾ ਸੀ ਗੱਲ ਤੁਸੀਂ ਉਹ ਲੈ ਲਈ ਪਰ ਉਹਨਾਂ ਦਾ ਆਈ ਥਿੰਕ ਕਹਿਣ ਦਾ ਮਕਸਦ ਇਹ ਸੀ ਵੀ ਘੱਟ ਤੋਂ ਘੱਟ ਦੋ ਹੱਥ ਦਿੱਤੇ ਆ ਇੱਕ ਤਾਂ ਲਾਓ ਯਾਰ ਪਰ ਬਾਈ ਦੀ ਗੱਲ ਤੁਹਾਡੀ ਸਹੀ ਹੈ ਕੱਲਾ ਇੱਕ ਨੀ ਤਾਂ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਅੱਧੇ ਕਿੱਲੇ ਦੇ ਵਿੱਚ ਇੱਥੇ ਰੁੱਖ ਲਾ ਰਹੇ ਹਾਂ ਔਰ ਦੂਜੀ ਰਵਾਇਤੀ ਜਿਹੜੇ ਰੁੱਖ ਹੈਗੇ ਆ ਅਲਖੇ ਬਾਈ ਇਹ ਸਾਨੂੰ ਲੱਭ ਨੀ ਰਹੇ ਇੱਕ ਵਾਰੀ ਇਹਦੇ ਬਾਰੇ ਕੁਛ ਦੱਸ ਦੋ ਹਾਂ ਇਹ ਨਾ ਇੱਕ ਰੇਸ਼ਮ ਰਾਉਂਡ ਗਲਾਸ ਸੰਸਥਾ ਹੈਗੀ ਆ ਮੋਗੇ ਤੋਂ ਜ਼ਿਲ੍ਹੇ ਮੋਗੇ ਤੋਂ ਆ ਉਹ ਤਕਰੀਬਨ ਉਹਨਾਂ ਨੇ ਕਈ ਜੰਗਲ ਆ ਜਿਹੜੇ ਉਹ ਪੰਜਾਬ ਦੇ ਵਿੱਚ ਲਵਾਏ ਆ ਜਾਂ ਖੰਡੂਰ ਸਾਹਿਬ ਵਾਲੇ ਜਿਹੜੇ ਕਾਰਸੇ ਵਾਲੇ ਬਾਬਾ ਜੀ ਉਹ ਵੀ ਇਹ ਸੇਵਾ ਕਰ ਰਹੇ ਆ ਤਾਂ ਅਸੀਂ ਤੁਹਾਨੂੰ ਵੀ ਕਹਾਂਗੇ ਵੀ ਜਿਹੜੇ ਤੁਸੀਂ ਬੂਟੇ ਹਲੇ ਲਾਉਣੇ ਆ ਹਲੇ ਜੀ ਕੁਛ ਤਾਂ ਲਾ ਰਹੇ ਹੋ ਤੁਸੀਂ ਮੰਨ ਲਓ ਹਨਾ ਜਿਹੜੇ ਹੈਗੇ ਆ ਜਿਵੇਂ ਅੰਬ ਪਿਆ ਚੀਕੂ ਪਿਆ ਹੋਰ ਜਿਹੜੇ ਫਲਦਾਰ ਬੂਟੇ ਨੇ ਤਾਂ ਕੁਛ ਜਿਹੜੇ ਜਿਵੇਂ ਉਹਨਾਂ ਚ ਆਪਣੇ ਕਿੱਕਰਾਂ ਦੇਸੀ ਕਿੱਕਰ ਵੀ ਲਾਈ ਜਾਵੇ ਦੇਸੀ ਕਿੱਕਰ ਅੱਜ ਕੱਲ ਖਤਮ ਹੀ ਹੋ ਚੁੱਕੀ ਆ ਠੀਕ ਆ ਜੰਡ ਹੋ ਗਿਆ ਬੇਰੀ ਹੋ ਗਈ ਹਨਾ ਮਲੇ ਵੀ ਲਿਆ ਕੇ ਜ਼ਰੂਰ ਲਾਇਓ ਮਲਿਆਂ ਦੇ ਵਿੱਚ ਜਿਹੜੀ ਚਿੜੀਆਂ ਨੇ ਦੇਸੀ ਉਹ ਬਹੁਤ ਰਹਿੰਦੀਆਂ ਨੇ ਕਿਉਂਕਿ ਆਮ ਤੌਰ ਤੇ ਘਰਾਂ ਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਵੀ ਕੱਚੀਆਂ ਛੱਤਾਂ ਖਤਮ ਹੋ ਗਈਆਂ ਹਨਾ ਤਾਂ ਇਸ ਕਰਕੇ ਜੇ ਮੈਂ ਅਪੀਲ ਵੀ ਕਰਦਾ ਕਿ ਜੇ ਕਿਸੇ ਨੇ ਰਵਾਇਤੀ ਜਿਹੜੇ ਰੁੱਖ ਨੇ ਆਪਣੇ ਉਹ 60 ਤਰ੍ਹਾਂ ਦੇ ਰੁੱਖ ਨੇ ਜੇ ਉਹ ਕਿਸੇ ਨੇ ਲਾਉਣੇ ਆ ਤਾਂ ਅਸੀਂ ਨੰਬਰ ਵੀ ਆਪਣਾ ਕਈ ਵਾਰੀ ਪਹਿਲਾਂ ਵੀ ਉਹਨਾਂ ਨਾਲ ਬੋਲਿਆ ਅੱਜ ਵੀ ਉੱਪਰ ਆਪਾਂ ਲਿਖ ਦਿਆਂਗੇ ਉਹ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਲਵਾ ਸਕਦੇ ਆ ਤੇ ਆਪਾਂ ਇੱਥੇ ਵੀ ਉਹਨਾਂ ਨੂੰ ਅਪੀਲ ਕਰਾਂਗੇ ਵੀ ਉਹਨਾਂ ਨੇ ਬਾਈ ਰੇਸ਼ਮ ਵਰਗਾ ਨੇ ਲਾਉਣਾ ਤੇ ਤੁਸੀਂ ਬਾਈ ਉੱਥੇ ਪਹੁੰਚ ਉਹ ਆਪ ਹੀ ਆਉਂਦੇ ਨੇ ਇੱਕ ਸੋਰੀ ਤੁਹਾਨੂੰ ਟੋਕ ਰਿਹਾ ਮੈਂ ਜਿੱਦਾਂ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਔਰ ਤੁਹਾਡੀ ਟੀਮ ਨੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਉਠਾਇਆ ਜਿਹੜੀ ਕਿ ਸਰਕਾਰਾਂ ਨਹੀਂ ਸੋਚ ਰਿਹਾ ਸੀ ਜਿਹਦੇ ਬਾਰੇ ਇਹਨੂੰ ਲੈ ਕੇ ਇਹ ਮੇਰੇ ਵੱਡੇ ਬ੍ਰਦਰ ਨੇ ਆਈ ਥਿੰਕ 2005 ਸ਼ੁਰੂ ਕੀਤਾ ਸੀ ਹਾਂਜੀ ਮੈਂ ਚਲਗਾਉਂ ਗਏ ਸੀ ਜੈਨਗਰੀ ਇਰੀਗੇਸ਼ਨ ਵਾਲਿਆਂ ਤੇ ਉੱਥੇ ਅਸੀਂ ਟ੍ਰੇਨਿੰਗ ਲੈ ਕੇ ਆਏ ਸੀ ਆਪਾਂ ਮਤਲਬ ਕਣਕ ਨੂੰ ਪਾਣੀ ਲਾ ਰਹੇ ਹਾਂ ਸਪ੍ਰਿੰਕਲਰ ਸਿਸਟਮ ਨਾਲ ਹੁਣ ਤਾਂ ਰਾਤ ਹੋ ਗਈ ਨਹੀਂ ਤੁਹਾਨੂੰ ਡੈਮੋ ਦੇਣਾ ਸੀਗਾ ਤੇ 2005 ਤੋਂ ਲੈ ਕੇ ਆਪਾਂ ਜਿਹੜਾ ਕਣਕ ਨੂੰ ਪਾਣੀ ਲਾਉਂਦੇ ਹਾਂ ਫੁਹਾਰੇ ਰਾਹੀਂ ਦਿੰਦੇ ਹਾਂ ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਅੱਛਾ ਤੇ 97 ਤੋਂ ਲੈ ਕੇ ਖੇਤੀ ਸਾਂਭੀ ਸੀ ਅਸੀਂ ਅੱਗ ਨਹੀਂ ਆਪਣੀ ਖੇਤ ਚਾਣ ਦਿੱਤੀ ਅੱਛਾ ਹਾਂਜੀ ਖੇਤਾਂ 'ਚ ਅੱਗ ਵੀ ਨਹੀਂ ਲਾਈ 97 ਤੋਂ ਲੈ ਕੇ ਤੇ ਸਪ੍ਰਿੰਕਲਰ ਨਾਲ ਇਰੀਗੇਸ਼ਨ ਕਰਦੇ ਉਹਦੇ ਨਾਲ ਜਿਹੜੀ ਵਾਟਰ ਦੀ ਸੇਵਿੰਗ 50% ਹੋ ਜਾਂਦੀ ਹੈ ਤੇ ਫਸਲ ਦੇ ਜਿਹੜੇ ਫਟਾਵ ਵੀ ਬਹੁਤ ਜ਼ਿਆਦਾ ਹੁੰਦਾ ਇੱਥੇ ਤਾਂ ਸੀਜ਼ਨ ਇਹ ਤਾਂ ਕਹਿੰਦੇ ਦਿਨੇ ਬਾਈ ਆਵਾਂਗੇ ਹਨ ਜਾਂ ਕਿ ਤੁਸੀਂ ਨਾ ਆਪਦੇ ਤੌਰ ਤੇ ਵੀ ਮੀਡੀਆ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਵੀ ਦਿਓ ਕਿਉਂਕਿ ਆਉਣ ਵਾਲੇ ਸਮੇਂ 'ਚ ਪਾਣੀ ਦੀ ਬਹੁਤ ਵੱਡੀ ਕਿੱਲਤ ਹੈ ਜਿਹੜੀ ਆਉਣੀ ਹੈ ਆਪਾਂ ਦੇਖ ਹੀ ਰਹੇ ਹਾਂ ਬਾਈ ਸਾਡਾ ਕੰਮ ਹੀ ਬੋਰਾਂ ਦਾ ਰਿਹਾ ਆਪਾਂ ਨੇ ਨਿਮਲ ਕਿੰਨੇ ਸਾਲ ਅਸੀਂ ਨਾ 10 ਸਾਲ ਡੀਪ ਟਿਊਬਲ ਦਾ ਕੰਮ ਸੀਗਾ ਸਾਡਾ ਅੱਛਾ ਤਕਰੀਬਨ 1000 ਕਿਲੋਮੀਟਰ 'ਚ ਬੋਰਿੰਗ ਮਸ਼ੀਨਾਂ ਸੀਗੀਆਂ ਸਾਡੀਆਂ ਅੱਛਾ ਅੱਛਾ ਤੇ ਇਸ ਤੋਂ ਪਹਿਲਾਂ ਵੀ ਜਦੋਂ ਮੈਂ PhD ਕਰ ਰਿਹਾ ਸੀਗਾ ਵਰਲਡ ਬੈਂਕ ਦੇ ਆਫੀਸ਼ੀਅਲ ਦੇ ਮੈਂ ਸੰਪਰਕ 'ਚ ਆਇਆ ਇੰਟਰਨੈਸ਼ਨਲ ਵਾਈਸ ਰਿਸਰਚ ਇੰਸਟੀਚਿਊਟ ਨਾਲ ਮਿਲ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ